ਬੇਲੀਓ ਤੇ ਸੱਜਣੋ, ਸ਼ਿਕਾਰੀ ਭਾਈਓ, ਆ ਗਿਆ ਵੋ ਸ਼ੌਕ ਸ਼ਿਕਾਰ ਜਿਸ ਕਾ ਥਾ ਇੰਤਜ਼ਾਰ। ਇਹ ਹੈ ਪਾਕ ਲਾਹੌਰ ਕੇ ਦਿਲੋਂ ਕੀ ਧੜਕਣ, ਇਹ ਹੈ ਕਿੰਗ ਪਾਵਰ, ਇਸਕੇ ਮਾਲਿਕ ਪਾਕ ਲਾਹੌਰ ਗਰੁੱਪ ਕੇ ਸਰਪ੍ਰਸਤ ਆਲਾ ਹਰ ਦਿਲ ਅਜ਼ੀਜ਼ ਸ਼ਖਸੀਅਤ, ਬਹੁਤ ਮੁਹਤਰਮ ਬਹੁਤ ਮੁਹਤਰਮ ਵੈਲਕਮ ਚੌਧਰੀ ਮੁਹੰਮਦ ਅਖਤਰ, ਚੱਕ ਨੰਬਰ 81 ਗੱਗੋ ਮੰਡੀ, ਕਿੰਗ ਬੀਟਲ ਦੇ ਮਾਲਿਕ, ਕਿੰਗ ਪਾਵਰ ਦੇ ਮਾਲਿਕ, ਸਰਪ੍ਰਸਤ ਆਲਾ ਪਾਕ ਲਾਹੌਰ ਗਰੁੱਪ। ਅਖਤਰ ਭਾਈ ਅਸਲਾਮ ਅਲੈਕੁਮ ਜੀ। ਇਹ ਬੇਲੀ ਜੀ ਪੂਰਾ ਨਾਂ ਦੱਸੋ ਜੀ। ਵਾਰਸ ਅਲੀ ਸ਼ਹਿਜ਼ਾਦਾ, ਇਹ ਅਖਤਰ ਭਾਈ ਕੇ ਮੈਨੇਜਰ ਹੈ ਜੀ, ਬਹੁਤ ਲਾਡਲੇ ਹੈ। ਬੇਲੀਓ ਕਿੰਗ ਪਾਵਰ, ਸੱਜਣੋ ਨਾਰਾਜ਼ ਨਹੀਂ ਹੋਣਾ, ਮੈਂ ਆਪਣੇ ਬੇਲੀਆਂ ਦੀ ਭਾਈਆਂ ਦੀ ਫਰਮਾਇਸ਼ 'ਤੇ ਜਿਨ੍ਹਾਂ ਨੇ ਨਾਰਾਜ਼ਗੀ ਦਾ ਇਜ਼ਹਾਰ ਕੀਤਾ, ਮੇਰੇ ਬੇਲੀਆਂ ਨੇ ਮੈਨੂੰ ਬਹੁਤ ਗਿਲੇ ਦਿੱਤੇ, ਬਹੁਤ ਨਾਰਾਜ਼ਗੀ ਦਾ ਇਜ਼ਹਾਰ ਕੀਤਾ। ਸ਼ਾਹ ਜੀ ਆਪਨੇ ਟੋਪ 10 ਪ੍ਰੋਗਰਾਮ ਬਣਾਇਆ ਹੈ, ਤਾਂ ਪਾਵਰ ਕਿੱਧਰ ਹੈ? ਭਾਈਆਂ ਨੂੰ ਦੱਸਣਾ ਚਾਹੁੰਦਾ ਕਿ ਆ ਗਿਆ ਕਿੰਗ ਪਾਵਰ, 31 ਇੰਚ ਜੋ ਸੀਰੀਜ਼ ਤਿਆਰ ਕਰੂੰਗਾ, ਆਜ ਇਸਕੋ ਆਪ ਲੋਗੋਂ ਕੇ ਸਾਹਮਣੇ ਸ਼ੋਅ ਕਰ ਰਹਾ ਹੂੰ। ਦੇਖੇ ਯੇ ਹੈ 31 ਇੰਚ ਮੇ ਟੋਪ 10 ਇਨ ਪਾਕਿਸਤਾਨ ਬੁਲੀ ਡੋਗ, ਯੇ ਹੈ ਕਿੰਗ ਪਾਵਰ। ਆਹਾ ਚੱਸਾਂ, ਕਦੀ ਇਸ ਕਿੰਗ ਪਾਵਰ ਦੇ ਬਾਪ ਨੇ ਮੁਕਾਬਲਾ ਕੀਤਾ ਸੀ ਸ਼ੰਕਰ ਦਾ, ਸ਼ੰਕਰ ਬਾ ਮੁਕਾਬਲਾ ਕਿੰਗਲ, ਫਿਰ ਬੀਟਲ ਦਾ ਅਤੇ ਯੂਰੀ ਦਾ ਮੁਕਾਬਲਾ ਹੋਇਆ ਬੇਲੀਓ, ਫਿਰ ਹੋਇਆ ਪਾਵਰ ਦਾ ਅਤੇ ਟੋਕੇ ਦਾ। ਸੱਜਣੋ 15 ਦਸੰਬਰ ਮੇਰੇ ਬੇਲੀਓ, ਸ਼ਿਕਾਰੀ ਭਾਈਆਂ ਦੇ ਗਿਲੇ ਬਣਦੇ ਆ ਜੀ। ਮੈਂ ਪ੍ਰਮੋਟ ਕਰ ਰਿਹਾ ਸ਼ੌਕ ਸ਼ਿਕਾਰ, ਮੈਂ ਇੰਟਰੋਡਕਸ਼ਨ ਕਰਾ ਰਿਹਾ ਸ਼ੌਕ ਸ਼ਿਕਾਰ, ਔਰ ਆਪਣੇ ਲਾਡਲੇ ਸ਼ਿਕਾਰੀ ਭਾਈਆਂ ਦੇ ਤਾਰਫ ਕਰਾ ਰਿਹਾ। ਬੇਲੀਓ ਸੁਪਰ ਫਿੱਟ ਵਾਰਸ ਅਲੀ, ਪੇਚਾ ਪੈ ਗਿਆ ਜੀ, ਕੈਮ ਹੋ ਜਾ, ਬਸਤ ਭਾਈ 15 ਦਸੰਬਰ ਚੈਲੇਂਜ ਵਰਲਡ ਕੱਪ ਮੈਚ, ਪਾਵਰ ਲੱਗ ਗਿਆ ਯੂਰੋ ਤੇ, ਯੂਰੋ ਥੱਲੇ ਆਇਆ। ਸ਼ਾਨੀ ਮੀਰਬਾਲ ਭਾਈ ਜ਼ਿੰਦਾਬਾਦ, ਸ਼ਾਨੀ ਭਾਈ ਦੀਆਂ ਬੜੀਆਂ ਬਹਾਦਰੀਆਂ, ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਪਿਛਲੇ ਸਾਲ ਇੰਟਰਵਿਊ 'ਚ ਕਿ ਸ਼ਾਹ ਜੀ ਇਨਸ਼ਾਲਾ ਅਗਲੇ ਸਾਲ ਮੈਂ ਆਪਣੇ ਯੂਰੀ ਦਾ ਬੱਚਾ ਘਰੋਂ ਪਾਵਰ ਨਾਲ ਗਾਂਢੀ ਕਰਾਂਗਾ। ਸ਼ਾਨੀ ਭਾਈ ਦੀ ਅਜ਼ਮਤ ਨੂੰ ਸਲਾਮ, ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ। ਪਾਕਿਸਤਾਨ 'ਚ ਬਹੁਤ ਸਾਰੇ ਸ਼ਿਕਾਰੀ ਭਾਈਆਂ ਦੀ ਫਰਮਾਇਸ਼ ਸੀ ਕਿ ਯੂਰੀ ਔਰ ਪਾਵਰ ਗਾਂਢੀ ਹੋਣ। ਸਰ ਕੁਛ ਕਹਿਣਾ ਚਾਹੋਗੇ ਇਸ ਜੋੜ 'ਤੇ? ਬੈਸਟ ਆਫ ਲੱਕ। ਆਹਾ ਬੈਸਟ ਆਫ ਲੱਕ, ਕਿਆ ਬਾਤ ਹੈ ਬੇਲੀ, ਉੱਤੇ ਖੜਾ ਪਾਵਰ ਦੇ ਜੀਓ ਬਾਬੂ ਅਮਜਦ ਭੱਟ ਸਾਹਿਬ, ਦਾਨਿਸ਼ ਭੱਟ ਸਾਹਿਬ, ਹਾਜੀ ਸ਼ੌਕਤ ਭਾਈ ਆਫ ਕੁੰਜਾ, ਚੌਧਰੀ ਸ਼ੁਏਬ ਆਫ ਚਕਵਾਲ, ਸੁਪਰ ਦੇ ਮਾਲਿਕ ਸੁਪਰ ਵੀ ਗਾਂਢੀ, ਰਾਜਾ ਯਾਸਰ, ਚੌਧਰੀ ਅਯਾਜ਼ ਵੜੈਚ, ਅਫਜ਼ਲ ਅਦਨਾਨ ਅਫਜ਼ਲ ਭਾਈ, ਵਿਕਾਸ ਵਿੱਕੀ ਭਾਈ, ਚੌਧਰੀ ਨੁਮਾਨ ਅਸਲਮ, ਨੌਜਵਾਨ ਕਿਆਦਤ ਪਾਕ ਲਾਹੌਰ ਗਰੁੱਪ।
ਫਿਲਮ ਦੀ ਨਾ ਬੋਲ ਰਿਹਾ, ਬੇਲੀਆਂ ਦੇ ਰਹਿ ਜਾਣ ਤਾਂ ਕਿਸੇ ਨੇ ਗੁੱਸਾ ਨਹੀਂ ਕਰਨਾ। ਪਾਕ ਲਾਹੌਰ ਗਰੁੱਪ ਦੀ ਪੂਰੀ ਟੀਮ, ਕਿਆ ਬਾਤ, ਕਿਆ ਬਾਤ ਹੈ। ਰਾਜਾ ਨਾਸਰ ਆਫ ਸਾਗਰੀ, ਹਾਲ ਮੁਕੀਮ ਕੈਨੇਡਾ, ਚੌਧਰੀ ਸ਼ਹਿਜ਼ਾਦ ਆਫ ਸਪੇਨ। ਨੰਬਰਦਾਰ ਜੀ ਕੈਮ ਹੋ ਜਾਓ, 15 ਦਸੰਬਰ ਆ ਗਿਆ ਯੂਰੋ ਅਤੇ ਲੱਗ ਗਿਆ ਪਾਵਰ। ਵਾਹ ਵਾਹ ਬੇਲੀਓ, ਅਖਤਰ ਭਾਈ ਦੀ ਮੁਹੱਬਤ ਬੇਲੀਓ। ਕੋਈ 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 ਮਰੋੜੀ, ਕੋਈ ਧਮੋੜੀ, ਕੋਈ ਤੁਸੀਂ ਚੀਜ਼ ਨਹੀਂ ਦਿਖਾ ਸਕਦੇ। ਅਖਤਰ ਭਾਈ ਦੀਆਂ ਮੁਹੱਬਤਾਂ, ਸਾਫ਼ ਸੁਥਰਾ ਮਾਹੌਲ। ਬਾਸਤ ਭਾਈ, ਨਿਸ਼ਾਵਰ ਭਾਈ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਮੈਨੇਜਰ ਬਹੁਤ ਜ਼ੋਰ ਮਾਰਨਾ ਪੈਣਾ ਹੈ, ਪਾਕਿਸਤਾਨ ਦੀਆਂ ਨਜ਼ਰਾਂ ਲੱਗ ਗਈਆਂ ਇਸ ਜੋੜ 'ਤੇ। ਵਾਰਸ ਉੱਚੀ ਬੋਲ, ਹਾਏ ਅਸੀਂ ਜਾਗਦੇ ਹਾਂ, ਅਸੀਂ ਸੁੱਤੇ ਕੋਈ ਨਹੀਂ। ਮੈਂ ਚੌਧਰੀ ਅਖਤਰ ਆਫ ਗੱਗੋ ਮੰਡੀ, ਉਹਨਾਂ ਦੇ ਡੇਰੇ 'ਤੇ ਚੌਧਰੀ ਸ਼ਾਨੀ ਮੀਰਵਾਲ ਨੂੰ ਪਾਕਿਸਤਾਨ ਦੇ ਜਿਹੜੇ ਸ਼ੌਕ ਸ਼ਿਕਾਰ ਦੇ ਲਾਡਲੇ ਵੀਰ ਹੈ ਸ਼ਾਨੀ ਮੀਰਵਾਲ ਭਾਈ ਨੂੰ ਦਿਲ ਨਾਲ ਸਲਾਮ ਪੇਸ਼ ਕਰਦਾ ਕਿ ਉਹਨਾਂ ਨੇ ਯੂਰੋ ਥੱਲੇ ਦਿੱਤਾ। ਅਖਤਰ ਭਾਈ ਦੀ ਵੀ ਫਰਮਾਇਸ਼ ਸੀ, ਪਿਛਲੇ ਸਾਲ ਮੈਂ ਇੰਟਰਵਿਊ ਕੀਤਾ ਅਤੇ ਫਰਮਾਇਸ਼ ਪੂਰੀ ਹੋ ਗਈ। ਆਓ ਅਖਤਰ ਭਾਈ ਨਾਲ ਗੱਲ ਕਰਦੇ ਹਾਂ ਜੀ। ਸੱਜਣੋ ਬੇਲੀਓ, ਸ਼ਿਕਾਰੀ ਭਾਈਓ, ਪੂਰੀ ਦੁਨੀਆ 'ਚ ਪਾਕਿਸਤਾਨ 'ਚ ਵਸਣ ਵਾਲਿਓ, ਅਸਲਾਮ ਅਲੈਕਮ। ਮੈਂ ਅੱਜ ਚੌਧਰੀ ਮੁਹੰਮਦ ਅਖਤਰ, ਸਰਪ੍ਰਸਤ ਵਾਲਾ ਪਾਕ ਲਾਹੌਰ ਗਰੁੱਪ, ਉਹਨਾਂ ਦੇ ਡੇਰੇ 'ਤੇ ਹਾਂ, ਗੱਗੋ ਮੰਡੀ ਚੱਕ ਨੰਬਰ 81। ਪਿਛਲੇ ਸਾਲ ਮੈਂ ਆਇਆ ਚੌਧਰੀ ਅਖਤਰ ਸਾਹਿਬ ਦੇ ਗਿਲੇ ਸ਼ਿਕਵੇ ਸ਼ਾਨੀ ਭਾਈ ਨਾਲ ਕਿ ਜੀ ਮੈਂ ਇੰਤਜ਼ਾਰ ਕਰ ਰਿਹਾ ਕਿ ਆਪਣੇ ਘਰੋਂ ਯੂਰੀ ਦਾ ਬੱਚਾ ਮੇਰੇ ਜ਼ਾਤੀ ਜਾਨਵਰ ਨਾਲ ਗਾਂਢੀ ਕਰਨ। ਸੱਜਣੋ ਬੇਲੀ ਉਹ ਬਣਦਾ ਵੀ ਸੀ। ਅਖਤਰ ਭਾਈ ਨਾਲ ਗੱਲ ਇਹ ਕਰਾਂਗੇ ਕਿ ਸ਼ੰਕਰ ਅਤੇ ਬੀਟਲ, ਫਿਰ ਯੂਰੀ ਅਤੇ ਬੀਟਲ, ਫਿਰ ਟੋਕਾ ਅਤੇ ਪਾਵਰ, ਹੁਣ ਯੂਰੋ ਅਤੇ ਪਾਵਰ, ਮਜ਼ੇ ਅਤੇ ਮਾਈਆ ਹੁਣੇ ਆਉਣਗੇ। ਅਸਲਾਮ ਅਲੈਕਮ ਜੀ ਅਖਤਰ ਭਾਈ ਜੀ। ਵਾਲੇਕੁਮ ਅਸਲਾਮ, ਆਪ ਕੈਸੇ ਹੈਂ, ਆਪ ਠੀਕ ਹੈਂ? ਅਲਹਮਦੁਲਿਲਾ ਜੀ, ਠੀਕ ਠਾਕ। ਅਖਤਰ ਭਾਈ, ਸ਼ੌਕ ਸ਼ਿਕਾਰ ਕੀ ਦੁਨੀਆ ਮੇਂ ਇੱਕ ਐਸਾ ਜੋੜ ਗਾਂਢੀ ਹੋ ਗਿਆ ਜਿਸ ਕੀ ਪੂਰੇ ਪਾਕਿਸਤਾਨ ਔਰ ਪੂਰੀ ਦੁਨੀਆ ਕੇ ਸ਼ਿਕਾਰੀਓਂ ਕੋ ਇੰਤਜ਼ਾਰ ਥੀ। ਜੀ, ਕੈਸਾ ਮਹਿਸੂਸ ਕਰ ਰਹੇ? ਠੀਕ ਹੈ ਜੀ, ਜੋ ਹੋ ਗਿਆ ਜੀ। ਨਹੀਂ ਸਰ, ਮਹਿਸੂਸ ਕਰ ਰਹੇ ਜੀ। ਅੱਛਾ ਮਹਿਸੂਸ ਕਰ ਰਹੇ ਹੋ ਜੀ। ਇਸ ਵਕਤ ਪਾਵਰ ਕੀ ਏਜ ਕਿਆ ਹੈ? ਤਕਰੀਬਨ ਹੈ 5 ਸਾਲ। ਪਾਵਰ ਇਸ ਟਾਈਮ 5 ਸਾਲ ਦਾ ਹੋ ਗਿਆ ਤਕਰੀਬਨ? ਤਕਰੀਬਨ, ਹਾਂਜੀ, ਜ਼ਿਆਦਾ ਹੋ ਸਕਦਾ ਘੱਟ ਨਹੀਂ ਹੈ। 5 ਸਾਲ ਤੋਂ ਤੇ ਹੋਏਗਾ, ਜਾਂ ਜਦੋਂ 15 ਦਸੰਬਰ ਨੂੰ ਲੜੇਗਾ ਤਾਂ 5.5 ਸਾਲ ਦਾ ਹੋਏਗਾ ਤਕਰੀਬਨ। ਸਰ ਯੂਰੋ ਵੀ 3.5 ਸਾਲ ਤੋਂ ਉੱਤੇ ਹੀ ਹੈ ਜੀ। ਜੀ, ਉਮਰ ਦਾ ਵੀ ਕੋਈ ਫਰਕ ਆਏਗਾ ਜੀ ਜਦੋਂ ਮੁਕਾਬਲਾ ਹੋਏਗਾ? ਜੀ ਜੀ, ਜਵਾਨ ਦਾ ਜਵਾਨ ਹੈ ਜੀ, ਇਹ ਵੀ ਭਰ ਜਵਾਨ ਹੈ ਭਾਈ ਜੀ, ਕੋਈ ਨਹੀਂ ਮਸਲਾ। ਅੱਲਾ ਖੈਰ, ਕਿਸ ਨਜ਼ਰ ਨਾਲ ਦੇਖਦੇ ਹੋ, ਕਿੰਨਾ ਟਾਈਮ ਲੱਗੇਗਾ ਜਿਹੜਾ ਵੀ ਜਿੱਤੇਗਾ? ਇਹ ਕੁਝ ਨਹੀਂ ਕਿਹਾ ਜਾ ਸਕਦਾ ਜੀ, ਕੁੱਤਿਆਂ ਲੜਨਾ ਹੁੰਦਾ ਹੈ, ਕੁਝ ਵੀ ਹੋ ਸਕਦਾ ਜੀ। ਇਹ ਹਤਮੀ ਫੈਸਲਾ ਨਹੀਂ ਹੋ ਸਕਦਾ ਪਹਿਲੋਂ ਵੀ ਫਲਾਣਾ ਜਿੱਤੇਗਾ ਜੀ, ਸਾਡਾ ਮਾਰੇਗਾ ਜੀ। ਮੈਂ ਤਾਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਜੀ। ਕਿਆ ਬਾਤ ਹੈ, ਇਹ ਅੱਲਾ ਜਿਹਨੂੰ ਇੱਜ਼ਤ ਦੇਵੇ ਜੀ। ਜੀ ਬਹੁਤ ਵਧੀਆ, ਬਹੁਤ ਵਧੀਆ। ਅੱਜ ਤੱਕ ਪਾਵਰ ਤੋਂ ਕਿੰਨੀਆਂ ਕੁੱਤੀਆਂ ਕ੍ਰਾਸ ਹੋ ਚੁੱਕੀਆਂ ਜੀ? ਚਲੋ 3 ਹੀ ਹੋਈਆਂ ਨੇ, 4 ਇੱਕ ਮਤਲਬ ਜ਼ਿਆਦਾ ਹੋਈਆਂ ਜੀ।
ਤਿੰਨ ਨਹੀਂ ਪੰਜ ਛੇ ਹੋ ਗਈਆਂ ਜੀ ਸ਼ਾਇਦ, ਨਹੀਂ ਹੋ ਆ ਪੰਜ ਛੇ ਹੋ ਗਈਆਂ ਯਾਦ ਨਹੀਂ ਮਿਲ ਪਾਗਲ ਔਰ ਗਰੁੱਪ ਦੀਆਂ ਹੋਈਆਂ ਜੀ 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 ਕੋਈ ਕਦੀ ਬਾਹਰ ਹੋਈ ਹੈ ਤੁਹਾਨੂੰ ਅੱਗੇ ਦੱਸਿਆ ਸੀ ਜੀ 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 ਅਤੇ ਬਾਕੀ ਲਾਹੌਰ ਗਰੁੱਪ ਵੀ ਹੋ ਸਰ ਮਾਸ਼ਾਅੱਲਾ ਤੁਸੀਂ ਬਹੁਤ ਸੀਨੀਅਰ ਮੋਸਟ ਸ਼ਿਕਾਰੀ ਹੋ ਜੀ ਜੀ ਪਾਵਰ ਦੇ ਬਾਪ ਦਾ ਸਾਰਿਆਂ ਨੂੰ ਪਤਾ ਕਿ ਕਿੰਗ ਬੀਟਲ ਦਾ ਬੱਚਾ ਹੈ ਜੀ ਜੀ ਇਹਦੀ ਮਾਂ ਦਾ ਵੀ ਪਤਾ ਕਿ ਬਾਦਲ ਦੀ ਦੋਤਰੀ ਦਾ ਹੈ ਜੀ ਜੀ ਸਾਰੀਆਂ ਗੱਲਾਂ ਬਲੱਡ ਲੈਣ ਦੇ ਮਾਮਲਾ 'ਚ ਲੋਕ ਜਾਣਦੇ ਜੀ ਜੀ ਸਰ ਲੋਕਾਂ ਨੂੰ ਦੱਸੋ ਕਿ ਸ਼ੁਰੂ ਦਿਨ ਤੋਂ ਇਹਦੀ ਡਾਇਟ ਮੁਸਤਫੀਦ ਹੋਣ ਤੁਹਾਡੇ ਤੋਂ ਪਿਛਲੀ ਦਫ਼ਾ ਤੁਸੀਂ ਕਿਹਾ ਸੀ ਨਹੀਂ ਸ਼ਾਹ ਜੀ ਨੋ ਕਮੈਂਟ ਰਾਖੋ ਜੀ ਜਿਹੜੇ ਜਿਤਨੇ ਵੀ ਸ਼ਿਕਾਰੀ ਨੇ ਜੀ ਆਪਣੇ ਘਰੋਂ ਪੂਰਾ ਜ਼ੋਰ ਲਾ ਕੇ ਆਉਂਦੇ ਹਨ ਕੀ ਬਾਤ ਕੋਈ ਵੀ ਸ਼ਿਕਾਰੀ ਇਹ ਨਹੀਂ ਹੈਗਾ ਨਾ ਕਿਸੇ ਆਪਣੇ ਘਰ ਮਾੜਾ ਕੁੱਤਾ ਰੱਖੇ ਆ ਜੀ ਜਿੰਨੀਆਂ ਸ਼ਿਕਾਰੀਆਂ ਰੱਖੇ ਚੰਗੇ ਬਣਾ ਕੇ ਰੱਖੇ ਕੀ ਬਾਤ ਹਰ ਕਿਸੇ ਕੋਲ ਚੰਗੇ ਨਹੀਂ ਜੀ ਅਸੀਂ ਕਿਸੇ ਦੇ ਕੁੱਤੇ ਨੂੰ ਨਾ ਮਾੜਾ ਆਖਦੇ ਹਾਂ ਨਾ ਕਿਸੇ ਦੀ ਖੁਰਾਕ ਨੂੰ ਮਾੜਾ ਆਖਦੇ ਹਾਂ ਵੀ ਉਹ ਖੁਰਾਕ ਨਹੀਂ ਪਾ ਸਕਦੇ ਲੋਕੀ ਜਿਹਨੇ ਰੱਖਿਆ ਜੀ ਆਪਣੇ ਸ਼ੌਕ ਤੋਂ ਰੱਖਿਆ ਹਰ ਕੋਈ ਆਪਣੇ ਸ਼ੌਕ ਤੋਂ ਪਾਉਂਦਾ ਜੀ ਅਸੀਂ ਆਪਣੇ ਸ਼ੌਕ ਤੋਂ ਰੱਖੇ ਨਾ ਆਪਣੇ ਸ਼ੌਕ ਤੋਂ ਪਾਈਦਾ ਜੋ ਪਾਈਦਾ ਜੀ ਤੁਹਾਡੀ ਜੋ ਅੱਲਾ ਤੌਫੀਕ ਦੇਵੇ ਜੀ ਜੀ ਬਿਸਮਿਲ੍ਲਾ ਤੁਹਾਡੀ ਤਿਆਰੀ ਤੇ ਲੋਕ ਬੜੇ ਕੌਨਫੀਡੈਂਟ ਹਾਂਜੀ ਹਾਂਜੀ ਤਿਆਰੀ ਫਿਰ ਕਰਨੀ ਪੈਂਦੀ ਜੀ ਤਿਆਰੀ ਤੋਂ ਬਗੈਰ ਤਾਂ ਜਾਨਵਰ ਨਹੀਂ ਲੜਦਾ ਸਰ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਕੁਛ ਦੱਸੋ ਜੀ ਸ਼ਿਕਾਰੀਆਂ ਨੂੰ ਤਿਆਰੀ ਦੇ ਬਾਰੇ 'ਚ ਇੱਕ ਦੋ ਹਿੰਟ ਦਿਓ ਸੁਬਹਾ ਔਰ ਸ਼ਾਮ ਨਹੀਂ ਜੀ ਅਸੀਂ ਤਾਂ ਫਿਰ ਜਿਸ ਵੇਲੇ ਤਿਆਰੀ ਸ਼ੁਰੂ ਕਰਦੇ ਹਾਂ ਨਾ ਸੁਬਹਾ ਨਾ ਸ਼ਾਮ ਸਾਡਾ ਫਿਰ ਕੋਈ ਟਾਈਮ ਨਹੀਂ ਹੈਗਾ 24 ਘੰਟੇ ਚੱਲ ਸੋ ਚੱਲ ਹਾਂਜੀ ਸਰ ਦਬੇ ਲਫ਼ਜ਼ਾਂ 'ਚ ਗੱਲ ਕਰ ਰਹੇ ਹੋ ਜੀ ਮੈਂ ਤੁਹਾਡੇ ਤੋਂ ਇਹ ਕਹਾਉਣਾ ਚਾਹਾਂਗਾ ਦੱਸੋ ਜੀ ਵਾਕ ਜਾਨਵਰ ਦੀ ਬਾਡੀ ਦੇਖ ਕੇ ਜਾਂ ਉਹਦਾ ਇੱਕ ਕੁੱਤੇ ਦੀ ਮਰਜ਼ੀ ਨਾਲ ਅਸੀਂ ਤਿਆਰੀ ਕਰਦੇ ਹਾਂ ਜਿੰਨਾ ਮਰਜ਼ੀ ਨਸ ਆਵੇ ਜੀ ਉਹ ਇਹ ਕੁੱਤੇ ਦਾ ਆਪਣਾ ਸ਼ੌਕ ਹੈ ਜੀ ਕੁੱਤੇ ਵਿੱਚ ਕੋਈ ਚੀਜ਼ ਹੋਵੇ ਤਾਂ ਆਪਣੇ ਸ਼ੌਕ ਤੋਂ ਨੱਸਦਾ ਕਿਆ ਬਾਤ ਸਮਝ ਲੱਗੀ ਜੇ ਨਾ ਜੀ 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 ਕੁੱਤੇ ਵਿੱਚ ਵਿਚਾਰੇ ਕੋਈ ਚੀਜ਼ ਨਾ ਹੋਣੀ ਬਿਮਾਰ ਮੈਨੂੰ ਤੁਸੀਂ ਆਖੋ ਵੀ ਉੱਥੇ ਨੱਸ ਗਿਆ ਮੈਂ ਤਾਂ ਨਹੀਂ ਨੱਸ ਸਕਦਾ ਆ ਮੁਸ਼ਕਿਲ ਹੈ ਕਿਵੇਂ ਹੋਈਆਂ ਨੇ ਜੀ ਸਰ ਜੇ ਫਿਰ ਵਿੱਚ ਕੋਈ ਸ਼ੈ ਹੋਵੇ ਜਵਾਨੀ ਵੀ ਹੋਵੇ ਤਾਂ ਫਿਰ ਉਹ ਆਪਣੀ ਮਰਜ਼ੀ ਨੂੰ ਨੱਸਦੇ ਹਨ ਜੀ ਫਿਰ ਸਰ ਜਦੋਂ ਤਿਆਰੀ ਲਾਉਂਦੇ ਹੋ ਸਰਦੀਆਂ ਨੂੰ ਜੀ ਜੀ ਬੜਾ ਗੋਸ਼ਤ ਦਿੰਦੇ ਹੋ ਜਾਂ ਛੋਟਾ ਦਿੰਦੇ ਹੋ ਵੱਡਾ ਜੀ ਬੜਾ ਗੋਸ਼ਤ ਦਿੰਦੇ ਹੋ ਸਬਜ਼ੀ ਮਿਕਸ ਕਰਕੇ ਜੀ ਜੀ ਰੋਟੀ 24 ਘੰਟੇ ਬਾਅਦ ਰੋਟੀ 24 ਘੰਟੇ ਸਰ ਨਾਸ਼ਤੇ 'ਚ ਕੀ ਦਿੰਦੇ ਹੋ ਨਾਸ਼ਤੇ 'ਚ ਵੀ ਬਸ ਦੁੱਧ ਰੋਟੀ ਕਹਿ ਲਓ ਜੋ ਕਹਿ ਲਓ ਤੁਸੀਂ ਬਸ ਬਦਾਮ ਮੁਰੱਬੇ ਜੋ ਮਰਜ਼ੀ ਸਮਝੀ ਰੱਖੋ ਜੀ ਅਖਤਰ ਬਾਈ ਆਪਾਂ ਹਮ ਉਮਰ ਹਾਂ ਅਖਤਰ ਬਾਈ ਆਪਣਾ ਬੜਾ ਕਲੋਜ਼ ਰਿਲੇਸ਼ਨ ਹੈ ਦੱਸੋ ਲੋਕਾਂ ਨੂੰ ਬਾਈਆਂ ਨੂੰ ਸਾਰਿਆਂ ਨੂੰ ਪਤਾ ਜੀ ਵੀ ਉਹ ਕੀ ਦਿੰਦਾ ਕੀ ਸਰ ਨਹੀਂ ਤੁਸੀਂ ਨਹੀਂ ਦੱਸ ਰਹੇ ਸਾਰੇ ਸਾਰੇ ਦੋਸਤ ਆਉਂਦੇ ਨੇ ਜੀ ਸਾਰੇ ਦੋਸਤਾਂ ਦਾ ਆਪਣਾ ਆਪਣਾ ਹੱਥ ਹੁੰਦਾ ਹਾਂਜੀ ਸਰ ਕਿੰਨੇ ਬਦਾਮ ਦਿੰਦੇ ਹੋ ਸਰ ਦੀ ਜਦੋਂ ਤਿਆਰੀ ਲੱਗਦਾ ਸੁਬਹਾ ਜਾਨਵਰ ਨੂੰ ਇੱਕ ਇਹ ਚੀਜ਼ ਦੱਸ ਦਿਓ ਬਦਾਮ ਦੀ ਹਰ ਸ਼ਿਕਾਰੀ ਆਪਣੀ ਮਰਜ਼ੀ ਹੈ ਕਈ 50 ਵੀ ਦਿੰਦੇ ਨੇ ਕਈ 60 ਵੀ ਦਿੰਦੇ ਨੇ 100 ਤੱਕ ਵੀ ਕਈ ਦੇ ਲੈਂਦੇ ਨੇ ਜਿਹੜੇ ਅਮੀਰ ਲੋਕ ਲੱਭੇ ਲਿਓ ਗੱਲ ਪੱਕ ਹੋ ਗਈ ਅਖਤਰ ਭਾਈ 100 ਤੱਕ ਬਦਾਮਾਂ ਦੀ ਤਦਾਦ ਰੱਖਦੇ ਤਿਆਰੀ ਦੇ ਦੌਰਾਨ ਦਿੰਦਾ ਰਿਹਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਲੇਕਿਨ ਇਹ ਹੈ ਕੁੱਤੇ ਦੇ ਪਚਾਉਣ 'ਤੇ ਗੱਲ ਹਾਂ ਕੁੱਤਾ ਕਿੰਨੇ ਬਦਾਮ ਪਚਾਉਂਦਾ ਕਿਆ ਸੁਬਹਾ ਅਸੀਂ ਜਿਸ ਵੇਲੇ ਫੇਰਨ ਜਾਂਦੇ ਪਿਸ਼ਾਬ ਵਿੱਚ ਬਦਾਮ ਕੱਢਦਾ ਤਾਂ ਨਹੀਂ ਕੱਚੇ ਹਾਂ ਅਗਰ ਉਹ ਕੱਢਦਾ ਤਾਂ ਫਿਰ ਪਚਾਉਂਦਾ ਨਹੀਂ ਠੀਕ ਹੈ ਨਾ ਠੀਕ ਜੇ ਪਿਸ਼ਾਬ ਸਹੀ ਕਰਦਾ ਫਿਰ ਪਹੁੰਚਾਉਂਦਾ ਕਿਆ ਬਾਤ ਹੈ ਉਹ 20 ਨਾ ਪਹੁੰਚਾਵੇ 10 ਪਹੁੰਚਾਵੇ 50 ਪਹੁੰਚਾਵੇ ਜਿੰਨੇ ਪਹੁੰਚਾਵੇ ਬਾਤ ਹੈ ਇਹ ਕੁੱਤੇ ਦੇ ਪਹੁੰਚਾਉਣ 'ਤੇ ਮੁਨਸਰ ਹੈ ਸਰ ਜਦੋਂ ਬੀਟਲ
ਇੱਕ ਮਹੀਨੇ ਦਾ ਸੀ ਜਾਂ ਦੋ ਮਹੀਨੇ ਦਾ ਸੀ ਜੀ, ਇਹਨੇ ਮਾਂ ਆਪਣੀ ਦਾ ਕਿਤਨੀ ਦੇਰ ਦੁੱਧ ਪੀਤਾ? ਜਦੋਂ ਬਹੁਰਾਂ ਦੇ ਡੇਰੇ ਮੈਂ ਇਹਨੂੰ ਵੇਖਿਆ ਜੀ, ਉਦੋਂ ਇਹ ਤਕਰੀਬਨ ਦੋ ਮਹੀਨੇ ਦਾ ਸੀਗਾ। ਅਤੇ ਦੁੱਧ ਪੀਂਦਾ ਸੀ ਆਪਣੀ ਮਾਂ ਦਾ? ਹਾਂ, ਉੱਥੋਂ ਮਾਂ ਦੁੱਧ ਪੀਂਦਾ ਲੈ ਕੇ ਆਏ, ਥੋੜ੍ਹਾ ਪੀਤਾ ਉਸ ਪਰ, ਤਕਰੀਬਨ ਮਹੀਨੇ ਕੁ ਦਾ ਸੀ। ਅੱਛਾ, ਜਦੋਂ ਮੈਂ ਵੇਖਿਆ ਉਦੋਂ ਦੋ ਮਹੀਨੇ ਦਾ ਸੀਗਾ, ਜਦੋਂ ਬਹੁਰਾ ਲਿਆਉਂਦਾ ਉਦੋਂ ਮਹੀਨੇ ਦਾ ਸੀ। ਠੀਕ ਠੀਕ, ਹਾਂਜੀ ਸਰ, ਤੁਸੀਂ ਲਿਆ ਕੇ ਸਿਰੀ ਲੈਗ ਸ਼ੁਰੂ ਕੀਤੇ, ਫਿਰ ਚੂਰੀ ਚੂਰੀ ਨਹੀਂ, ਮੈਂ ਤਾਂ ਬਹੁਰਾ ਨੂੰ ਲਿਆਉਂਦਾ ਹੀ ਡੇਢ ਸਾਲ ਦਾ ਸੀ। ਇਹ ਪਾਵਰ ਬਾਹੁ ਹੋਣਾ ਤੋਂ ਡੇਢ ਸਾਲ? ਇਹ ਪਾਵਰ ਤਾਂ ਮੈਂ ਘਰ ਸੰਭਾਲਿਆ ਜੀ। ਮੈਂ ਸਰ, ਤੁਸੀਂ ਬੀਟਲ ਤੇ ਚਲੇ ਗਏ ਹੋ, ਤੁਸੀਂ ਬੀਟਲ ਲੈ ਕੇ ਆਏ ਸੀ ਡੇਢ ਸਾਲ ਦਾ? ਹਾਂਜੀ, ਉਹ ਤਾਂ ਡੇਢ ਸਾਲ। ਬੀਟਲ 6 ਮਹੀਨੇ ਮੈਂ ਤਾਂ ਬਾਊ ਜੀ ਨੇ ਸਾਂਭਿਆ ਸੀ ਡੇਰੀ ਤੇ ਜੀ ਜੀ, ਨਹੀਂ ਫਿਰ ਬੀਟਲ ਲਾਹੌਰ ਚਲਾ ਗਿਆ ਸੀ, ਫਿਰ ਲਾਹੌਰੋਂ ਡੇਢ ਸਾਲ ਦਾ ਤੁਸੀਂ ਲਿਆਏ ਸੀ ਜੀ ਜੀ। ਸਰ ਮੈਂ ਪਾਵਰ ਦੀ ਗੱਲ ਕਰ ਰਿਹਾ ਜੀ, ਬਿਸਮਿਲ੍ਲਾ। ਫਿਰ ਸਾਰਾ ਕੁਝ ਦੇਣਾ ਪੈਂਦਾ ਸ਼ਾਹ ਜੀ ਬੱਚਿਆਂ ਨੂੰ, ਹੁਣ ਵੀ ਬੱਚੇ ਮੇਰੇ ਕੋਲ ਆਏ ਨੇ, ਦੋ ਨੇ ਜੀ, ਮੈਂ ਉਹਨਾਂ ਨੂੰ ਪ੍ਰੋਗਰਾਮ ਕਵਰ ਕੀਤਾ ਹੈ ਜੀ। ਹਾਂਜੀ ਹਾਂਜੀ, ਬਲੈਕ ਔਰ ਡੱਬਾ ਡੱਬਾ, ਹਾਂਜੀ, ਡੈਵਲ ਔਰ ਵਿਕਟਰ ਵਿਕਟਰ, ਹਾਂਜੀ ਜੀ ਜੀ, ਬਹੁਤ ਅੱਛੀ ਹੈਲਥ ਜੀ, ਇੱਕ ਪਾਵਰ ਦਾ ਜੀ, ਹਾਂਜੀ, ਇੱਕ ਤੁਹਾਡੇ ਉਹ ਵੀ ਲੋਰੀਆਂ 'ਚ ਹੋਈਆਂ ਜੀ। ਹਾਂਜੀ ਹਾਂਜੀ ਬਾਈ, ਜਿਹੜੇ ਬੱਚੇ ਛੋਟੇ ਛੋਟੇ ਉਹਨਾਂ ਦੇ ਪੈਰ ਟੇੜੇ ਹੋ ਜਾਂਦੇ, ਉਹਨਾਂ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਤੋਂ ਹੀ ਹੁੰਦੇ ਨਾ, ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਜਾਂ ਡੱਕ ਡੱਕ ਕੇ? ਅੱਛਾ, ਦੋ ਹੀ ਚੀਜ਼ਾਂ ਨੇ, ਜਾਂ ਉਹਨਾਂ ਨੂੰ ਲੋਕ ਪਿੰਜਰੇ ਬਣਵਾ ਕੇ ਡੱਕ ਛੱਡਦੇ ਹਨ, ਜੇ ਕਮਰੇ ਇੱਕੋ ਜਗ੍ਹਾ 'ਤੇ ਡੱਕਿਆ ਰਿਹਾ, ਕੁੱਤੇ ਖੁੱਲ੍ਹੇ 'ਚ ਆਉਂਦੇ ਹਨ, ਖੁੱਲ੍ਹੇ ਨੱਸਣ ਵੱਜਣ ਬੱਚੇ ਤਾਂ ਇਹ ਫਿੱਟ ਹੁੰਦੇ ਨੇ। ਫਿਰ ਸਰ, ਦੁਪਹਿਰ ਨੂੰ ਵੀ ਛੋਟਾ ਕੂਲਰ ਹੋਵੇ ਤਾਂ ਉਹਨੂੰ ਕੁਛ ਦੇਣਾ ਚਾਹੀਦਾ? ਹਾਂਜੀ, ਸਾਰੀ ਦਿਹਾੜੀ ਖਾਂਦੇ, ਬੱਚਿਆਂ ਨੂੰ ਦੇਣਾ ਪੈਂਦਾ, ਵੱਡਿਆਂ ਨੂੰ ਨਹੀਂ, ਬੱਚਿਆਂ ਨੂੰ ਤਾਂ ਦਿੰਦੇ ਹਾਂ। ਵਾਹ ਵਾਹ ਵਾਹ, ਬਿਲਿਓ ਅਖਤਰ ਭਾਈ ਨਾ, ਕਿਉਂਕਿ ਬੱਚਿਆਂ ਨੂੰ ਭੁੱਖ ਜ਼ਿਆਦਾ, ਤੁਹਾਨੂੰ ਆਪ ਨੂੰ ਪਤਾ ਵੀ ਇੱਕ ਬੱਚਾ ਦੋ ਦਿਹਾੜੀ ਸੁਬਹਾ ਤੋਂ ਸ਼ਾਮ 'ਤੇ ਕਿੰਨੀ ਵਾਰੀ ਦੁੱਧ ਪੀਂਦਾ ਇਨਸਾਨੀ ਬੱਚਾ ਵੀ। ਸਹੀ ਸਹੀ, ਸੇਮ ਇਹੀ ਪੋਜੀਸ਼ਨ ਇਹਨਾਂ ਦੀ ਵੀ। ਸਰ, ਜਾਨਵਰ ਦੀ ਹਾਈਟ ਕੱਦ, ਜਾਨਵਰ ਦੀ ਉਮਰ ਦੇ ਕਿਸ ਹਿੱਸੇ ਤੱਕ ਕੱਦ ਵੱਧਦਾ, ਹਾਈਟ ਵੱਧਦੀ ਰਹਿੰਦੀ? ਕੱਦ ਇਹਨਾਂ ਦੇ ਤਕਰੀਬਨ ਜੀ ਉਮਰ ਦੇ ਨਾਲ ਨਾਲ ਇਹ ਵੱਧਦੇ ਰਹਿੰਦੇ ਨੇ, ਇਹ ਕੱਦ ਵਧਾਉਣ ਨਾ ਵਧਾਉਣ, ਲੇਕਿਨ ਬਾਡੀ 'ਚ ਇਹਨਾਂ ਦੀ ਫਰਕ ਹੁੰਦਾ ਰਹਿੰਦਾ ਹੈ, ਉਮਰ ਦੇ ਨਾਲ ਨਾਲ ਬਾਡੀ ਜ਼ਿਆਦਾ ਬਣਾ ਜ਼ਿਆਦਾ ਬਣਾਉਂਦੇ ਰਹਿੰਦੇ ਨੇ, ਉਹ ਫਿਰ ਲੱਗਦਾ ਹੈ ਜਿਵੇਂ ਕੱਦ ਜ਼ਿਆਦਾ ਕਰਦੇ। ਸਰ, ਰਾਸ਼ਕੀਆਂ ਕਿਸ ਤਰ੍ਹਾਂ ਮਜ਼ਬੂਤ ਹੁੰਦੀਆਂ ਹੈ ਜਾਨਵਰਾਂ ਦੀਆਂ? ਉਹ ਵੀ ਕੈਲਸ਼ੀਅਮ ਨਾਲ ਦੀ। ਖਾਣ ਪੀਣ ਵਾਲੀਆਂ ਚੀਜ਼ਾਂ 'ਚ ਸਭ ਤੋਂ ਜ਼ਿਆਦਾ ਕੈਲਸ਼ੀਅਮ ਕਿਹੜੀ ਚੀਜ਼ 'ਚ? ਅਸੀਂ ਤਾਂ ਸਾਰੀਆਂ ਸਬਜ਼ੀਆਂ ਪਾਉਂਦੇ ਹਾਂ ਜੀ, ਸਬਜ਼ੀਆਂ ਗੋਸ਼ਤ 'ਚ ਪਾ ਛੱਡੀਆਂ, ਇਹ ਸੂਰਤ 'ਚ ਵੀ ਕੈਲਸ਼ੀਅਮ ਵੀ ਜਿਹੜਾ ਕੋਈ। ਸਰ, ਦੁੱਧ ਕਿੰਨਾ ਦਿੰਦੇ ਹੋ ਜਾਨਵਰ ਨੂੰ? ਚਲੋ, ਜਿਹੜਾ ਬੜਾ ਜਾਨਵਰ, ਤਕਰੀਬਨ ਕਿਲੋ ਡੇਢ ਕਿਲੋ ਜੀ, ਜਿਹੜਾ ਜਾਨਵਰ ਤਿਆਰੀ ਲੱਗਾ ਆ, ਜਿਸ ਤਰ੍ਹਾਂ ਪਾਵਰ ਤਿਆਰੀ ਲੱਗੇ ਜੀ, ਉਹਨੂੰ ਡੇਢ ਕਿਲੋ ਦੁੱਧ ਤੁਸੀਂ ਕਿਸ ਸੂਰਤ 'ਚ ਦਿੰਦੇ ਹੋ? ਕੈਲਸ਼ੀਅਮ ਪੂਰਾ ਕਰਨ ਵਾਸਤੇ, ਕੈਲਸ਼ੀਅਮ ਪੂਰਾ ਕਰਨ ਵਾਸਤੇ, ਉਹਦੇ ਵਿਟਾਮਿਨਸ ਬਾਡੀ ਦੇ ਪੂਰੇ ਰਹਿਣ, ਖੁਰਾਕ ਨਹੀਂ ਹੈ ਦੁੱਧ ਵੈਸੇ। ਸਰ, ਗੋਸ਼ਤ ਦੀ ਮਿਕਦਾਰ ਕਿਤਨੀ ਹੋਣੀ ਚਾਹੀਦੀ ਰੋਟੀਆਂ 'ਚ ਸ਼ਾਮ ਨੂੰ? ਕਿਲੋ ਕਾਫੀ ਹੈ, ਮੈਂ ਸੁਣਿਆ 1 ਕਿਲੋ ਗੋਸ਼ਤ ਹੋਣਾ ਚਾਹੀਦਾ। ਸਰ, ਘਿਓ ਗੋਸ਼ਤ 'ਚ ਦੇਣਾ ਚਾਹੀਦਾ ਜਾਂ ਘਿਓ ਜਿਹੜਾ ਸ਼ਾਮ ਨੂੰ ਥਕਾਵਟ ਖਤਮ ਕਰਨ ਲਈ? 1/2 ਕਿਲੋ ਦੁੱਧ 'ਚ ਦਿੰਦੇ ਸੀ ਬਾਊ ਅਮਜਦ ਭੱਟ ਸਾਹਿਬ ਲਾਹੌਰੀ ਨੂੰ। ਉਹ ਹਰ ਬੰਦੇ ਦੀ ਆਪਣੀ, ਮੈਂ ਕਈ ਸ਼ਿਕਾਰੀਆਂ ਦੋਸਤਾਂ ਕੋਲੋਂ ਪੁੱਛਿਆ, ਉਹ ਹਰ ਕੋਈ ਆਪਣੀ ਮਰਜ਼ੀ ਨਾਲ ਦਿੰਦਾ, ਕੋਈ ਗੋਸ਼ਤ 'ਚ ਪਾ ਦਿੰਦਾ, ਰੋਟੀ 'ਚ, ਕੋਈ ਦੁੱਧ 'ਚ ਪਾ ਦਿੰਦਾ। ਵਧੀਆ ਕਿਸ ਤਰ੍ਹਾਂ, ਬਿਹਤਰ ਕਿਵੇਂ? ਇਹ ਕੁੱਤੇ ਦੇ ਪਚਾਉਣ ਨਾਲ ਹੈ। ਇਹ ਜ਼ਿਆਦਾ ਕੁੱਤੇ ਦੇ ਨਾਲ ਜਿਤਨਾ ਵੀ ਹੈ ਨਾ ਜੀ, ਕੁੱਤਾ ਕਿਹੜੀ ਚੀਜ਼ ਨੂੰ ਮੰਨਦਾ, ਕਿਹੜੀ ਚੀਜ਼ ਨੂੰ ਨਹੀਂ ਮੰਨਦਾ, ਇਹਦਾ ਮਤਲਬ ਕਿ ਜਾਨਵਰ ਦੀ ਖੁਰਾਕ, ਹਾਂਜੀ, ਉਹਦੇ ਖਾ ਕੇ ਪਚਾਉਣ 'ਤੇ ਹੀ ਡਿਪੈਂਡ ਕਰਦਾ। ਅਖਤਰ ਭਾਈ,
ਪਾਕਿਸਤਾਨ 'ਚ ਸ਼ੌਕ ਸ਼ਿਕਾਰ 'ਚ ਖਾਨ ਸਾਹਿਬ ਵਾਪਸ ਆ ਗਏ ਜੀ ਜੀ ਅਲਹਮਦੁਲਿਲਾਹ ਖਾਨ ਸਾਹਿਬ ਲਈ ਕੋ ਦੋ ਜੁਮਲੇ ਪਿਆਰੇ ਪਿਆਰੇ ਨਹੀਂ ਕਾਬਿਲ ਇਤਰਾਮ ਨੇ ਜੀ ਸਾਡੇ ਵਾਸਤੇ ਪਾਈ ਨੇ ਵੱਡੇ ਖਾਨ ਅਬਦੁਲ ਕਯੂਮ ਸਾਹਿਬ ਵੈਲਕਮ ਜੀ ਜੀ ਵੈਲਕਮ ਕਿਆ ਬਾਤ ਰੌਣਕਾਂ ਆ ਗਈਆਂ ਜੀ ਹਾਂਜੀ ਹਾਂਜੀ 35 ਜੋੜ ਗਾਂਢੀ ਹੋ ਗਿਆ ਜੀ 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 ਪੀ ਕੇ ਇਨਸਾਫ ਗਰੁੱਪ ਚੌਧਰੀ ਮੁੰਡਾਪ ਸਾਹਿਬ ਵੀ ਆਪਣੇ ਭਾਈ ਹੈ ਜੀ 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 ਖਾਨ ਸਾਹਿਬ ਮੁਹਤਰਮ ਹੈ ਔਰ ਬਾ ਮੁਕਾਬਲਾ ਕਸ਼ਮੀਰ ਪੈਂਥਰ ਗਰੁੱਪ ਚੌਧਰੀ ਅੱਲਾਹ ਤਾਂ ਨੰਬਰਦਾਰ ਸਾਹਿਬ ਵੀ ਅਜ਼ੀਮ ਹੈ ਜੀ ਜੀ ਸਰ ਤੁਸੀਂ ਕਸ਼ਮੀਰ ਪੈਂਥਰ ਗਰੁੱਪ ਨੂੰ ਸਪੋਰਟ ਕਰ ਰਹੇ ਹੋ ਜੀ ਜੀ ਸਰ ਕੈਸਾ ਰਹੇਗਾ ਸ਼ੌਕ ਸ਼ਿਕਾਰ ਬੜਾ ਸਿੰਘ ਫਸੇ ਨੇ ਅਏ ਹੁਣ ਮੈਚ ਲੜਨਗੇ ਜੀ ਜਾਨਵਰ ਵੇਖੋ ਕੀ ਕਿਹੜਾ ਕਿਹੜਾ ਸ਼ਿਕਾਰੀ ਅੱਛੀ ਸਿਲੈਕਸ਼ਨ ਕਰੇਗਾ ਉਹ ਜਿੱਤ ਜਾਏਗਾ ਸਿਲੈਕਸ਼ਨ ਤਾਂ ਤਕਰੀਬਨ ਹੋਈ ਹੈ ਤਕਰੀਬਨ ਕੁੱਤੇ ਗਾਂਢੀ ਨੇ ਸਰ ਬੰਦੇ ਗਾਂਢੀ ਕੁੱਤੇ ਥੋੜ੍ਹੇ ਗਾਂਢੀ ਅਖਤਰ ਭਾਈ ਹਾਂਜੀ ਹਾਂਜੀ ਮਜ਼ੀਦ ਜਿਹੜੀ ਸਿਲੈਕਸ਼ਨ ਹੋਏਗੀ ਉਹ 2 ਮਹੀਨੇ ਜਾਂ 1.5 ਮਹੀਨਾ ਪਹਿਲੇ ਹੋਏਗੀ ਮਹੀਨਾ ਪਹਿਲੇ 10 ਲੱਖੀਏ ਤੇ ਵੀ ਖਾਨ ਸਾਹਿਬ ਨੇ ਆਪਣਾ ਜ਼ਾਤੀ ਕੁੱਤਾ ਲਾਉਣਾ ਜੀ ਜੀ ਉਹ ਵੀ ਹਾਲੇ ਉਹਨਾਂ ਨੇ ਸਿਲੈਕਟ ਕਰਨਾ ਹਾਂਜੀ ਹਾਂਜੀ ਸਰ 6 ਜੋੜ ਗਾਂਢੀ ਪਾਕ ਅਵਾਨ ਗਰੁੱਪ ਦੇ ਬਾ ਮੁਕਾਬਲਾ ਪਾਕ ਸ਼ਹੀਨ ਗਰੁੱਪ ਰਾਣਾ ਇਜਾਜ਼ ਤਹਿਸੀਲਦਾਰ ਸਾਹਿਬ ਜੀ ਬਿਲਕੁਲ ਮਲਕ ਆਸ਼ਕ ਭਾਈ ਔਰ ਰਾਣਾ ਇਜਾਜ਼ ਤਹਿਸੀਲਦਾਰ ਦੋਨੋਂ ਬੜੇ ਜੈਂਟਲਮੈਨ ਹਾਂਜੀ ਹਾਂਜੀ ਅੱਛੇ ਸ਼ਿਕਾਰ ਮਜ਼ਾ ਆਏਗਾ ਜੀ ਵੀ ਮੈਚ ਬਹੁਤ ਅੱਛਾ ਹੋਇਆ ਬਹੁਤ ਅੱਛਾ ਇੱਕ ਹੋਰ ਰਿਕਾਰਡ ਟੁੱਟ ਗਿਆ ਪਾਕਿਸਤਾਨ 'ਚ ਪਾਕਿਸਤਾਨ ਦੀ ਤਾਰੀਖ 'ਚ ਸਰਦਾਰ ਗੁੱਜਰ ਦਾ ਜੀ 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 ਭਾਈ ਨੇ ਬੜੇ ਪਿਆਰੇ ਜੀ ਅਤੇ 13 ਦੇ 13 ਸਰਦਾਰ ਫਵਾਦ ਗੁੱਜਰ ਸਾਹਿਬ ਨੇ ਥੱਲੇ ਦਿੱਤੇ ਇਹ ਵੀ ਰਿਕਾਰਡ ਹੈ ਰਿਕਾਰਡ ਹੈ ਰਿਕਾਰਡ ਸਰ ਇੱਕ ਹੋਰ ਰਿਕਾਰਡ 35 ਤੇ 13 ਅਤੇ ਫਿਰ ਇਹ ਜਿਹੜੇ ਕਸ਼ਮੀਰ ਪੈਂਥਰ ਗਰੁੱਪ ਟੋਟਲ ਗਾਂਢੀ ਮੈਚ ਲੜਾ ਰਿਹਾ 64-65 ਕੁੱਤੇ ਗਾਂਢੀ ਹਾਂਜੀ ਹਾਂਜੀ ਉਹਨਾਂ ਦਾ ਵੀ ਰਿਕਾਰਡ ਹੈ ਜੀ ਉਹ ਵੀ ਰਿਕਾਰਡ ਅੱਲਾਹ ਤਾ ਸਾਹਿਬ ਦਾ ਰਿਕਾਰਡ ਹੈ ਆਹ ਹਾਂਜੀ ਸਰ 31 32 34 ਕੁੱਤੇ ਵੱਡੇ ਕੁੱਤੇ ਨੇ ਉਹਨਾਂ ਹਾਂ ਉਹਨਾਂ ਦਾ ਬੜਾ ਅੱਛਾ ਜੀ 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 ਬਾਈ ਕਿੰਗ ਆਫ ਸ਼ਿਕਾਰ ਕੌਣ ਹੈ ਪਾਕਿਸਤਾਨ 'ਚ ਸਾਰੇ ਲੜ ਲਏ ਸੋ ਨਹੀਂ ਕੁੱਤੇ ਵੇਖੋ ਨਾ ਜੀ ਹੁਣ ਇਹ ਕਿੰਗ ਆਫ ਸ਼ਿਕਾਰ ਦੇ ਤੁਸੀਂ ਸਾਰੇ ਕਿੰਗ ਆਫ ਸ਼ਿਕਾਰ ਹੀ ਨੇ ਜੀ ਸਾਡੇ ਹਸਤੇ ਸਾਰੇ ਭਾਈ ਨੇ ਦੋਸਤ ਨੇ ਇੱਜ਼ਤ ਕਰਦੇ ਨੇ ਜੀ ਸਰ ਸਾਲਸ ਜਿਹਨਾਂ ਦੇ ਫੈਸਲਿਆਂ 'ਤੇ ਇਤਰਾਜ਼ ਕੰਮ ਆਏ ਸਾਲਸ ਕਿਹੜੇ ਅੱਛੇ ਜੀ ਉਹ ਸਾਰੇ ਜਹਾਨ ਨੂੰ ਪਤਾ ਜੀ ਸਾਲਸੀ ਕਿਵੇਂ ਹੁੰਦੀ ਪਈ ਹੈ ਮਾਰੇ ਜਾਂ ਦੰਦੀਆਂ ਵਿਖਾਵੇ ਜਾਂ ਪੌਕੇ ਤੇ ਨਾ ਇਹਨੂੰ ਕੱਟਿਆ ਜਾਵੇ ਇਹ ਕੋਈ ਗੱਲ ਇਹ ਜ਼ੁਲਮ ਹੈ ਜ਼ੁਲਮ ਹੈ ਆਹਾ ਅਗਲੇ ਚੰਗੇ ਕੁੱਤੇ ਨੂੰ ਕੁੱਤਾ ਤੁਸੀਂ ਲਾਉਂਦੇ ਜੇ ਮੈਂ ਤੇ ਇਹ ਕਹਾਂਗਾ ਜਿਸ ਵੇਲੇ ਪੁੱਜ ਕੇ ਕੁੱਤਾ ਲਾਉਂਦੇ ਜੇ ਆਪਸ ਵਿੱਚ ਗਾਢੀ ਕਰਦੇ ਗਾਢੀ ਕੁੱਤਿਆਂ ਨੂੰ ਗੁੰਜਾਇਸ਼ ਕੋਈ ਨਹੀਂ ਵਾਹ ਵਾਹ ਨਹੀਂ ਹੋਣੀ ਚਾਹੀਦੀ ਜੀ ਉਹ ਅਖਤਰ ਭਾਈ ਕਮੈਂਟ ਆਇਆ ਮਜ਼ਾ ਆ ਗਿਆ ਹਾਂਜੀ ਗਾਂਢੀਆਂ ਨੂੰ ਕੋਈ ਗੁੰਜਾਇਸ਼ ਨਹੀਂ ਗਲਤੀ ਦੀ ਕੋਈ ਗਲਤੀ ਦੀ ਗੁੰਜਾਇਸ਼ ਨਹੀਂ ਕਿਆ ਬਾਤ ਹੈ ਕਿਆ ਬਾਤ ਸਰ ਫਿਰ ਪਾਵਰ 'ਤੇ ਆ ਜਾਓ ਜੀ 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 ਕੁਰੈਕਟ ਪਾਵਰ ਦੀ ਹਾਈਟ ਕਿਤਨੀ ਹੈ ਜੀ ਬਾਡੀ ਗਾਟਾ
ਹਾਂਜੀ ਹਾਂਜੀ ਉਹ ਬਹੁਤ ਖਾਲਸਾ ਵਾਲੇ ਬਾਦਲ ਦਾ ਜੀ ਜੀ ਤੇ ਬੀਟਲ ਦਾ ਗਾਟਾ ਇੱਕ ਗਾਟਾ ਸੀ ਬਿਲਕੁਲ ਕਿਆ ਬਾਤ ਸਰ ਇੱਕ ਤੁਹਾਡੇ ਕੋਲ ਵੀ ਰਿਕਾਰਡ ਹੈ ਜੀ ਜੀ ਵਰਲਡ ਰਿਕਾਰਡ ਜੀ ਜੀ ਪਾਕਿਸਤਾਨ 'ਚ ਕਿ ਤੁਸੀਂ ਜਦੋਂ ਬੀਟਲ ਮੌਜੂਦ ਸੀ ਕਿਸੇ ਸ਼ਿਕਾਰੀ ਨੂੰ ਨਾ ਨਹੀਂ ਕੀਤੀ ਕਿਸੇ ਨੇ ਤਪਣੀ ਦਾ ਕਿਆ ਲੈ ਆਵੇ ਕਿਸੇ ਨੇ ਇਕੱਲੇ ਜੋੜ ਦਾ ਕਿਆ ਲੈ ਆਵੇ ਕਿਸੇ ਨੇ ਜੋੜ ਗੰਢ ਹੀ ਕੀਤਾ ਮੈਚ ਤੁਸੀਂ ਕਿਹਾ ਲਿਆ ਕਿਸੇ ਨੂੰ ਨਾ ਹੀ ਨਹੀਂ ਕੀਤੀ ਜੀ ਸਰ ਮੈਂ ਤੁਹਾਨੂੰ ਉਹਦੀ ਅੱਜ ਬੜੇ ਅਰਸੇ ਬਾਅਦ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੀ ਕਿ ਇਸ ਤਰ੍ਹਾਂ ਵੀ ਪਾਕਿਸਤਾਨ 'ਚ ਅੱਜ ਤੱਕ ਕਿਸੇ ਨੇ ਬੜਾ ਦਿਲ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਕੀਤਾ ਜੀ ਜੀ ਚੱਠਾ ਸਾਹਿਬ ਹੋ ਗਿਆ ਆਪਣਾ ਸਰਦਾਰ ਇਮਰਾਨ ਭਾਈ ਹੋ ਗਿਆ ਸਨ 1992 ਤੋਂ ਹੀਰਾ ਕੁੱਤਾ ਸ਼ੁਰੂ ਹੋਇਆ ਕਾਜੀ ਅਸਲਮ ਸਾਹਿਬ ਵਾਲਾ ਜੀ ਸਮਝ ਲੱਗੀ ਜੀ 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 ਉਦੋਂ ਦਾ ਸ਼ੌਕ ਕਰਨ ਲੱਗੇ ਹੈ ਜੀ ਸਾਰੇ ਜਹਾਨ ਨੂੰ ਪਤਾ ਵੀ ਕਿੰਨੇ ਕੁੱਤੇ ਲੜਾਏ ਨੇ ਅਤੇ ਕਿਸ ਤਰੀਕੇ ਲੜਾਏ ਨੇ ਵਾਹ ਜੀ ਵਾਹ ਜਿੱਦਾਂ ਮੇਨ ਵੱਡਾ ਸ਼ਿਕਾਰ ਚ ਲਾਉਣ ਤੇ ਲੋਕਾਂ ਨੂੰ ਛੋਟੇ ਜਿਹੜੇ ਆਏ ਨੇ ਸ਼ਿਕਾਰ ਚ ਨਵੇਂ ਜੀ ਉਹਨਾਂ ਨੂੰ ਇਤਨਾ ਨਹੀਂ ਪਤਾ ਜਿਹਦੇ 'ਚ ਡਾਕਟਰ ਖਾਦੀ ਸਾਹਿਬ ਨੇ ਕਯੂਮ ਖਾਨ ਸਾਹਿਬ ਨੇ ਸਾਰਿਆਂ ਨੂੰ ਪਤਾ ਵੀ ਇਹਨਾਂ ਕੁੱਤੇ ਕਿਵੇਂ ਲੜਾਏ ਨੇ ਜੀ ਜੀ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੈਗਾ ਬਹੁਤ ਅੱਛਾ ਥੱਲੇ ਦੇਖ ਕੇ ਲੜਾਇਆ ਚੰਗੇ ਕੁੱਤੇ ਨਾਲ ਲੜਾਇਆ ਕਿਆ ਅੱਲਾ ਪਾਕ ਫਤਿਹ ਦੋ ਚੀਜ਼ਾਂ ਠੀਕ ਹਾਂ ਬਹੁਤ ਸਾਡੇ ਮੈਂ ਨਾ ਵੀ ਕੋਈ ਕੁੱਤਾ ਨਹੀਂ ਹਰਿਆ ਅੱਜ ਤੱਕ ਕਿਆ ਬਾਤ ਮੈਂ ਇਸ ਤੋਂ ਪਹਿਲਾਂ ਵੀ ਪਾਵਰ ਸੀ ਮੇਰੇ ਕੋਲ ਕਾਲੇ ਰੰਗ 'ਚ ਜੀ ਜੀ ਖਾਨ ਸਾਹਿਬ ਦਾ ਜੋਗੀ ਜਿੱਥੇ ਲੜਿਆ ਉੱਥੇ ਲੜਾਇਆ ਸੀ ਮੈਂ ਜੀ ਜੀ ਗੁਗੇਰੇ ਅਤੇ ਜਿੱਤਿਆ ਸੀ ਅਲਹਮਦੁਲਿਲਾ 3 ਮਿੰਟਾਂ 'ਚੋਂ ਉਹ 3 ਮੈਚ ਲੜਿਆ ਸੀ ਉਸ ਤੋਂ ਬਾਅਦ ਮਰ ਗਿਆ ਸੀ ਸੁਨੋਬਰ ਨਾਲ ਲੜਿਆ ਖਰਨਾ ਵਾਲੇ ਨਾਲ ਲੜਿਆ ਚੱਕ ਸ਼ਫੀ ਖਾਨ ਸਾਹਿਬ ਦੀ ਤਰਫੋਂ ਹੀ ਗੁੱਡ ਸਮਝ ਲੱਗੀ ਕਿਉਂ ਖਾਨ ਸਾਹਿਬ ਨਾਲ ਸਾਡਾ ਗਰੁੱਪ ਸੀ ਨਾ ਜੀ 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 ਪਾਕਿਸਤਾਨ ਹਾਂਜੀ ਬੇਲੀ ਉਹ ਤੁਹਾਡਾ ਅੱਜ ਤੋਂ ਬਾਅਦ ਗਿਲਾ ਨਹੀਂ ਹੋਣਾ ਚਾਹੀਦਾ ਅਖਤਰ ਭਾਈ ਉਹਨਾਂ ਦੇ ਨਾਲ ਬਾਸਤ ਭਾਈ ਬੜੇ ਲਾਡਲੇ ਜ਼ਫਰ ਇਕਬਾਲ ਭੱਟੀ ਸਾਹਿਬ ਨਿਸ਼ਾਵਰ ਭਾਈ ਉਸਤਾਦ ਜੀ ਵਾਰਸ ਭਾਈ ਅਖਤਰ ਭਾਈ ਦੇ ਮੈਨੇਜਰ 24 ਘੰਟੇ ਡਿਊਟੀ ਤਾਬਿਆਦਾਰੀਆਂ ਲੋ ਬੇਲੀਓ ਸੱਜਣੋ ਅਖਤਰ ਭਾਈ ਦੇ ਕੋਲ ਬੈਠਿਆਂ ਪਾਵਰ ਟੌਪ 10 ਪਾਕਿਸਤਾਨ ਬੁਲੀ ਡੌਗ 1 ਕਿਸੇ ਦਾ ਗਿਲਾ ਨਹੀਂ ਆਉਣਾ ਚਾਹੀਦਾ ਕੋਈ ਐਸੇ ਕਮੈਂਟ ਨਹੀਂ ਆਉਣੇ ਚਾਹੀਦੇ ਬਾਕੀ ਜਿਹੜੇ ਮੇਰੇ ਜ਼ਾਤੀ ਸ਼ਾਹ ਜੀ ਆਪਣੀ ਮਰਜ਼ੀ ਨਾਲ ਬਣਾ ਰਹੇ ਜੀ ਅਸੀਂ ਨਹੀਂ ਆਖਿਆ ਵੀ ਸਾਡਾ ਟੌਪ 10 ਹੋਵੇ ਜੀ 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 ਟੌਪ 1 ਹੋਵੇ ਜੀ ਜੀ ਇਸੇ ਤਰ੍ਹਾਂ ਜੀ ਇਹ ਲੋਕਾਂ ਨੂੰ ਪਤਾ ਜੀ ਵੀ ਟੌਪ 10 ਕੌਣ ਨੇ ਜੀ ਇਸੇ ਤਰ੍ਹਾਂ ਜੀ ਮੈਂ ਲੋਕਾਂ ਨੂੰ ਕਹਿ ਰਿਹਾ ਜੀ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਜੀ ਜੀ ਸ਼ਿਕਾਰੀ ਭਾਈਆਂ ਨੂੰ ਜਿਨ੍ਹਾਂ ਨੇ ਗਿਲਾ ਕੀਤਾ ਜੀ ਮੈਂ ਉਹਨਾਂ ਦਾ ਗਿਲਾ ਆਪਣੀ ਜ਼ਬਾਨੀ ਖਤਮ ਕਰਨਾ ਚਾਹੁੰਦਾ ਅੱਛਾ ਅੱਛਾ ਹਾਂਜੀ ਲਬੇਲੀਓ ਡਾਇਰੈਕਟ ਪਾਵਰ ਦਾ ਸਾਰਾ ਪ੍ਰੋਗਰਾਮ ਹਾਜ਼ਰੇ ਖਿਦਮਤ 15 ਦਸੰਬਰ 2024 ਇੱਕ ਵਾਰੀ ਫਿਰ ਚੈਲੇਂਜ ਵਰਲਡ ਕੱਪ ਸਾਰੇ ਬੇਲੀਆਂ ਨੂੰ ਦਾਵਤ ਹੈ ਚੌਧਰੀ ਅਖਤਰ ਭਾਈ ਦੀ ਤਰਫੋਂ ਕਿ ਯੂਰੋ ਯੂਰੀ ਦਾ ਬੱਚਾ ਜੀ ਯੂਰੀ ਪਾਵਰ ਕਿੰਗ ਬੀਟਲ ਦਾ ਬੱਚਾ ਇਹ 15 ਦਸੰਬਰ ਨੂੰ ਆਹਮਣੇ ਸਾਹਮਣੇ ਇੱਕ ਬਹੁਤ ਅੱਛਾ ਮੁਕਾਬਲਾ ਹੋਏਗਾ ਸਾਰੇ ਬੇਲੀਆਂ ਨੂੰ ਦਾਵਤ ਹੈ ਕਿ ਆਓ ਵੈਲਕਮ ਵੈਲਕਮ ਮਜ਼ਾ ਆਏਗਾ ਅਖਤਰ ਭਾਈ ਬਹੁਤ ਸ਼ੁਕਰੀਆ ਜੀ ਮੇਰੇ ਪਾਕਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ